ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਬਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰ ਬਰਾਓ, ਬੈਕ ਸਾਈਡ 'ਤੇ ਸੋਲਰ ਟਿਊਬਲ ਲੱਗਿਆ ਹੋਇਆ ਅਤੇ ਹਾਲਾਤ ਇਹ ਹੈਗੇ ਨੇ ਵੀ ਵਾਪਡਾ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਨਹੀਂ ਭਰੇ ਜਾਂਦੇ, ਖਾਸ ਕਰਕੇ ਜ਼ਮੀਂਦਾਰਾਂ ਤੋਂ, ਬਲਕਿ ਆਵਾਮ ਤੋਂ ਵੀ ਨਹੀਂ ਪੇ ਹੁੰਦੇ। ਹੁਣ ਸਾਨੂੰ ਵਾਪਡਾ ਦੇ ਬਿੱਲਾਂ ਤੋਂ ਅਤੇ ਖਾਸ ਕਰਕੇ ਡੀਜ਼ਲ ਜਿਹੜੇ ਪੀਟਰ ਹੁੰਦੇ ਨੇ ਉਹਨਾਂ ਤੋਂ ਜਾਨ ਛੁਡਾਉਣੀ ਪਵੇਗੀ ਅਤੇ ਸਾਨੂੰ ਜਨਾਬ ਸੋਲਰ ਸਿਸਟਮ 'ਤੇ ਸ਼ਿਫਟ ਹੋਣਾ ਪਵੇਗਾ। ਅਤੇ ਬੈਕ ਸਾਈਡ 'ਤੇ ਇੱਕ ਸੋਲਰ ਟਿਊਬ ਲੱਗਿਆ ਹੋਇਆ ਅਤੇ ਨਾਲ ਹੈਗੇ ਨੇ ਯਾਸਿਨ ਭਾਈ, ਉਹਨਾਂ ਕੋਲੋਂ ਜਨਾਬ ਇਹਦੇ ਬਾਰੇ ਮਲੂਮਾਤ ਲੈਂਦੇ ਹਾਂ ਅਤੇ ਆਓ ਗੱਲ ਕਰੀਏ। ਅਸਲਾਮ ਵਾਲੇਕੁਮ ਯਾਸਿਨ ਭਾਈ, ਕੀ ਹਾਲ ਹੈ? ਅੱਲਾਹ ਦਾ ਸ਼ੁਕਰ ਹੈ। ਤਬੀਅਤ ਠੀਕ ਹੈ? ਯਾਸਿਨ ਭਾਈ, ਆਹ ਸੋਲਰ ਟਿਊਬਲ ਮਾਸ਼ਾਅੱਲਾ ਤੁਹਾਡਾ ਲੱਗਿਆ ਹੋਇਆ, ਇਹ ਮੈਨੂੰ ਦੱਸੋ ਵੀ ਕਿੰਨੇ ਕਿੱਲਿਆਂ 'ਤੇ ਲੱਗਿਆ ਹੋਇਆ? ਇਹ 23 ਕਿੱਲਿਆਂ 'ਤੇ। 23 ਕਿੱਲਿਆਂ 'ਤੇ ਜੀ। ਅਤੇ ਇਹ ਨਾਲੀ 5 ਦੀ ਹੈ? 5 ਦੀ। ਅਤੇ ਇਹ ਮੈਨੂੰ ਦੱਸੋ ਵੀ ਖੂਹ ਦੀ ਜਿਹੜੀ ਹੈ ਪਾਣੀ ਦਾ ਲੈਵਲ ਹੈ? ਹਾਂਜੀ। ਮੋਟਰ ਕਿੰਨੇ ਫੁੱਟਾਂ 'ਤੇ ਪਈ ਹੈ? ਇਹ 30 ਫੁੱਟ 'ਤੇ। 30 ਫੁੱਟ 'ਤੇ ਪਈ ਹੈ? ਹਾਂਜੀ। ਅਤੇ ਇਹ ਹੁਣ ਮੁੰਜੀ ਕਿੰਨੀ ਲੱਗ ਚੁੱਕੀ ਹੈ? ਸਾਡੇ ਕੋਲ 23 ਕਿੱਲੇ ਮੁੰਜੀ। 23 ਕਿੱਲੇ ਲੱਗੀ ਪਈ ਹੈ? ਹਾਂਜੀ। ਅਤੇ ਨਹਿਰੀ ਪਾਣੀ ਵੀ ਲੱਗਦਾ ਹੈ? ਨਹਿਰੀ ਵੀ ਲੱਗਦਾ। ਹਫ਼ਤੇ ਬਾਅਦ ਉਹਦੀ ਵਾਰੀ ਆਉਂਦੀ ਹੈ? ਹਫ਼ਤੇ ਬਾਅਦ ਆਉਂਦੀ ਹੈ। ਅਤੇ ਇਹ ਹੁਣ ਮੈਨੂੰ ਦੱਸੋ ਵੀ ਟੋਟਲ ਪਲੇਟਾਂ ਕਿੰਨੀਆਂ ਨੇ? 24 ਪਲੇਟਾਂ 24 ਪਲੇਟਾਂ 12 ਪਲੇਟ ਇੱਕ ਸਟੈਂਡ ਅਤੇ 12 ਪਲੇਟਾਂ। ਅੱਛਾ। ਅਤੇ ਇਹ ਮੈਨੂੰ ਦੱਸੋ ਵੀ ਇਹ ਜਿਹੜੇ ਸਟੈਂਡ ਹੈਗੇ ਨੇ ਹਨੇਰ ਹਵਾ ਦੇ ਵਿੱਚ, ਇਹ ਕਦੇ ਇਹ ਮਤਲਬ ਵੀ ਖਰਾਬ ਤਾਂ ਨਹੀਂ ਕੀਤਾ ਇਹਨਾਂ? ਤਕੜੇ ਬਣਾਏ ਹੋਏ ਨੇ? ਹਾਂਜੀ, ਇਹਨਾਂ ਸਟੈਂਡ ਲਾ ਦੇਵੀ ਦੇ, ਕੋਈ ਦਿੱਕਤ ਪਰੇਸ਼ਾਨੀ ਕੋਈ ਨਹੀਂ। ਅੱਛਾ, ਵਜ਼ਨ ਕਿੰਨਾ ਹੈ ਸਟੈਂਡਾਂ ਦਾ? ਤਕਰੀਬਨ 50 ਮਣ। 50 ਮਣ ਵਜ਼ਨ ਹੈ? 25 ਮਣ ਦਾ ਇੱਕ ਸੈਟਅਪ ਹੈ? ਅਤੇ ਆਓ ਦੋਸਤੋ, ਤੁਹਾਨੂੰ ਨਜ਼ਦੀਕ ਹੋ ਕੇ ਵਿਖਾਈਏ ਅਤੇ ਇਹ ਕਿਹੜੀ ਕੰਪਨੀ ਦੀਆਂ ਪਲੇਟਾਂ ਲੱਗੀਆਂ ਹੋਈਆਂ ਨੇ, ਹੈ ਕੋਈ ਅੰਦਾਜ਼ਾ ਜਾਂ ਵੇਖਣਾ ਪੈ ਸੀ? ਵੇਖਣਾ ਪੈ ਸੀ। ਅਤੇ ਇਹ ਚੈੱਕ ਕਰੋ ਜੀ, ਯਾਸੀਨ ਬਾਈ ਵੀ ਜਿਹੜੇ ਨੇ ਸਾਡੇ ਤਰ੍ਹਾਂ ਜੱਟ ਭਰਾ ਨੇ। ਇਹ ਚੈੱਕ ਕਰੋ ਜੀ, ਇਹ ਸਟੈਂਡ ਹੈਗਾ ਜੀ, ਪੈਦਾਨ ਹੈ, ਜਿਸ ਤਰੀਕੇ ਟਰਾਲੀ ਦਾ ਹੁੰਦਾ ਹੈ। ਅੱਛਾ, ਜਦੋਂ ਤੁਸੀਂ ਇਹਨੂੰ ਸ਼ਾਮੀ ਬੰਦ ਕਰਦੇ ਹੋ ਇਹ ਲਗਾ ਦਿੰਦੇ ਹੋ? ਅੱਛਾ, ਕੋਈ ਪਰੇਸ਼ਾਨੀ ਨਹੀਂ। ਅਤੇ ਇਹ ਘੁੰਮਣ ਵਾਲਾ ਸਿਸਟਮ ਹੈ? ਆ ਜਵਾਨ ਨੂੰ ਵੇਖ ਲਓ, ਗਰਮੀ ਲੱਗਦੀ ਪਈ ਤਾਂ ਅਗਲਾ ਫਰਿੱਜ ਨਾ ਦਾ ਪਿਆ। ਅਤੇ ਇਹ ਪਿਆ ਜੀ ਇਨਵਰਟਰ, ਆਪਣੇ ਵੀਰ ਭਰਾਵਾਂ ਨੂੰ ਵਿਖਾ ਲਈਏ, ਕਪੈਸਿਟੀ ਚੈੱਕ ਕਰ ਲਓ ਇਨਵਰਟਰ ਦਾ ਹੈਗਾ ਜੀ। ਸਿਰ ਨਹੀਂ ਮੈਂ ਬਣਾਉਂਦਾ, ਕਿਉਂਕਿ ਮੈਂ ਆਪਣੇ ਦੋਸਤਾਂ ਵਾਸਤੇ ਕਾਫੀ ਕੁਛ ਕਰਨਾ ਪੈ ਜਾਂਦਾ। ਅਤੇ ਇਹ ਕੈਨੇਡੀਅਨ ਹੈਗੀਆਂ ਨੇ ਜਨਾਬ, ਅਤੇ ਦੋਸਤੋ 550 ਵਾਟ ਦੀਆਂ ਇਹਨਾਂ ਨੇ ਕੈਨੇਡੀਅਨ। ਅਤੇ 12 ਜਿਹੜੇ ਨੇ ਪੈਨਲ ਲੱਗੇ ਹੋਏ ਨੇ ਇੱਕ ਸਟੈਂਡ 'ਤੇ। ਅਤੇ ਇਹ ਖੂਹ ਚੈੱਕ ਕਰ ਲਓ, ਇਹ ਦੇਖੋ ਜੀ 30 ਫੁੱਟ। ਅਤੇ ਪਾਣੀ ਦਾ ਪ੍ਰੈਸ਼ਰ ਵੀ ਆਪਣੇ ਵੀਰ ਭਰਾਵਾਂ ਨੂੰ ਵਿਖਾ ਲਵਾਂ। ਫੁੱਲ ਪੈਪ ਜੀ, ਇਸ ਮਤਲਬ ਸਾਡਾ ਪੱਕਾ ਕੋਈ ਨਹੀਂ, ਦੇਸੀ ਜਿਹਾ ਜੁਗਾੜ ਹੈ। ਅਗਰ ਪੱਕਾ ਹੁੰਦਾ ਤਾਂ ਫਿਰ ਇਹਦਾ ਪ੍ਰੈਸ਼ਰ ਮਜ਼ੀਦ ਵਾਧੇ ਹੁੰਦਾ। ਅਤੇ ਯਾਸੀਨ ਭਾਈ ਮੈਨੂੰ ਇਹ ਦੱਸਿਆ, ਸੁਬਹਾ ਕਿੰਨੇ ਵਜੇ ਇਹਨੂੰ ਚਲਾਉਂਦੇ ਹੋ ਅਤੇ ਬੰਦ ਕਿੰਨੇ ਵਜੇ ਕਰਦੇ ਹੋ? 7:30 ਵਜੇ ਚੱਲ ਜਾਂਦੀ।
ਮੈਨੂੰ ਘੁਮਾ ਦੇ ਵਿਖਾਓ ਵੀ ਕਿਸ ਤਰੀਕੇ ਤੁਸੀਂ ਘੁਮਾ ਦੇ, ਆਸਾਨੀ ਨਾਲ ਗੁੰਮ ਜਾਂਦੀ ਹੈ। ਇੱਕ ਮਿੰਟ ਮੈਂ ਉਸ ਸਾਈਡ ਤੇ ਆ ਲਵਾਂ, ਇੱਕ ਮਿੰਟ ਜੀ। ਅੱਛਾ ਕਰਿਆ ਜੀ, ਹਾਂਜੀ ਜ਼ਬਰਦਸਤੀ, ਕਿਆ ਬਾਤ ਹੈ। ਓਕੇ ਹੋ ਗਿਆ, ਬਸ ਹੁਣ ਦੁਬਾਰਾ ਉੱਥੇ ਵਾਪਸ ਲੈ ਜਾਓ, ਮੈਂ ਆਪਣੇ ਵੀਰ ਭਰਾ ਨੂੰ ਇੱਥੋਂ ਵਿਖਾਵਾਂ। ਚਲੋ ਜੀ, ਆਹ ਘੁੰਮਣ ਵਾਲਾ ਸਿਸਟਮ ਵੇਖੋ ਜੀ, ਐਡਜਸਟਮੈਂਟ ਲੱਗੀ ਹੋਈ ਹੈ ਨਾਟ ਕਾਬਲੇ, ਥੱਲੇ ਜਿਹੜੇ ਜੀ ਫਡੀਸ਼ਨ 'ਤੇ ਵੀ ਲੋਹੇ 'ਤੇ ਆ, ਪਲੇਟ ਲੱਗੀ ਹੋਈ ਲੋਹੇ ਦੀ, ਤਾਂ ਕਿ ਜਿਵੇਂ ਰੇਲਵੇ ਟਰੈਕ ਹੁੰਦਾ ਇੱਕ ਤਰ੍ਹਾਂ ਦਾ ਤੇ। ਦੋਸਤੋ ਇਹ ਲਾਕ ਹੈ ਜਨਾਬ, ਇੱਥੇ ਪਵੇਗਾ ਤੇ ਇੱਥੇ ਆ ਜਾ ਸੀ। ਹਾਂਜੀ, ਇਹ ਚੈੱਕ ਕਰੋ, ਵੈਰੀ ਗੁੱਡ, ਇਹ ਲਾਕ ਲੱਗ ਗਿਆ ਜੀ। ਲੇਕਿਨ ਲਾਕ ਥੋੜ੍ਹਾ ਜਿਹਾ ਥੱਲੇ ਜਾਂਦਾ ਤਾਂ ਫਿਰ ਬਿਹਤਰ ਹੋਣਾ ਸੀ। ਅੱਛਾ ਉਸ ਸਾਈਡ 'ਤੇ ਪੱਟੀ ਵੀ ਪਈ ਹੈ, ਲੇਕਿਨ ਇਹਨੂੰ ਵੈਲਡ ਦੁਬਾਰਾ ਕਰਾਉਣਾ ਚਾਹੀਦਾ, ਤਕੜਾ ਕਰਕੇ ਲਾਕ ਕਰਨਾ ਚਾਹੀਦਾ, ਤਾਂ ਕਿ ਦਾਏ ਬਾਏ ਨਾ ਫਿਰਨ। ਅਤੇ ਪੈਪ ਜਿਹੜੇ ਨੇ ਬਹੁਤ ਹੀ ਮਜ਼ਬੂਤ ਲੱਗੇ ਹੋਏ ਨੇ, ਜ਼ਬਰਦਸਤੀ, ਕਿਆ ਬਾਤ ਹੈ। ਹੁਣ ਆਪਾਂ ਤੁਹਾਨੂੰ ਦੂਸਰਾ ਸਟੈਂਡ ਵਿਖਾ ਲਈਏ, ਬਿਲਕੁਲ ਸੇਮ ਉਸੇ ਤਰੀਕੇ। ਅਤੇ ਕਿਸਾਨ ਵੀਰ ਭਰਾਓ, ਜਿੰਨੇ ਬਿਜਲੀ ਦੇ ਬਿੱਲ ਪਿਆ ਆਉਂਦੇ ਨੇ ਨਾ, ਹੁਣ ਮੇਰਾ ਖਿਆਲ ਹੈ ਵੀ ਵਕਤ ਆ ਗਿਆ ਹੈ, ਵਾਪਡਾਂ ਨੂੰ ਗੁੱਡ ਬਾਏ ਕਰੋ ਅਤੇ ਇੱਕ ਵਾਰੀ ਪੈਸੇ ਭਰ ਲਓ ਜਨਾਬ, ਕੱਟੇ ਵੱਛੇ ਵੇਚ ਤੇ, ਅਤੇ ਚੁੰਡ ਛੁਡਾਓ ਜਨਾਬ ਬਿਜਲੀ ਤੋਂ। ਅਤੇ ਇੱਕ ਵਾਰੀ ਤੁਸੀਂ ਜਨਾਬ ਵੀ ਖਰਚਾ ਕਰ ਲਿਆ ਅਤੇ ਇਨਸ਼ਾਅੱਲਾ ਤਾਲਾ ਜ਼ਿੰਦਗੀ ਆਸਾਨ ਹੋ ਜਾਏ ਸੀ। ਤੁਸੀਂ ਅੰਦਾਜ਼ਾ ਲਾਓ ਵੀ 23 ਕਿੱਲਿਆਂ 'ਤੇ ਜਨਾਬ ਸੈਟਅਪ ਚੱਲਦਾ ਪਿਆ ਅਤੇ ਮੂੰਜੀ ਲੱਗੀ ਹੋਈ ਹੈ। ਸੁਬਹ ਆਉਣਾ ਹੋਣਾ ਜਨਾਬ, ਬਟਨ ਛੱਡਣਾ ਅਤੇ ਪਾਣੀ ਚੱਲ ਪੈਣਾ। ਅਤੇ ਜਿਹੜੇ ਦੋਸਤਾਂ ਨੇ ਵੀ ਸੈਟਅਪ ਲਗਵਾ ਲਿਆ ਹੈ ਉਹ ਚੰਗੇ ਰਹਿ ਗਏ, ਉਹਨਾਂ ਨੂੰ ਇਸ ਦੀ ਕਦਰ ਦਾ ਪਤਾ ਲੱਗ ਗਿਆ ਵੀ ਇਹਦੀ ਕਦਰ ਕਿੰਨੀ ਹੈ। ਅਤੇ ਜਿਨ੍ਹਾਂ ਹਾਲੇ ਤੱਕ ਨਹੀਂ ਲਗਾ, ਸੋਚਦੇ ਪੈਣੇ ਲਗਾਈਏ ਨਾ ਲਗਾਈਏ, ਉਹ ਜਦੋਂ ਵੀ ਲਗਾਵਣਗੇ ਕਹਣਗੇ ਫਿਰ ਯਾਰ ਉਹ ਵੇਲਾ ਚੰਗਾ ਸੀ ਜਦੋਂ ਅਸੀਂ ਲਗਵਾਇਆ ਹੈ, ਲੇਕਿਨ ਨਾਲ ਹੀ ਕਹਣਗੇ ਅਸੀਂ ਭੁੱਲੇ ਰਹੇ ਹਾਂ। ਯਾਸੀਨ ਬਾਈ ਇੱਕ ਮਿੰਟ ਅੱਗੇ, ਯਾਸੀਨ ਬਾਈ ਟੋਟਲ ਖਰਚਾ ਕਿੰਨਾ ਆਇਆ ਇਸ ਸੈਟਅਪ 'ਤੇ? 13-14 ਲੱਖ ਆਇਆ। ਅਤੇ ਖਾਲੀ ਸਟੈਂਡ 'ਤੇ ਕਿੰਨਾ ਆਇਆ? 4 ਲੱਖ। 4 ਲੱਖ ਰੁਪਈਆ। ਉਹ ਇੱਕ ਪਲੇਟ ਮੈਨੂੰ ਟੁੱਟੀ ਹੋਈ ਨਜ਼ਰ ਆਉਂਦੀ ਪਈ ਹੈ, ਉਹ ਪਹਿਲੇ ਥੱਲੇ ਰੱਖੀਆਂ ਹੋਈਆਂ ਸਨ ਅਤੇ ਉਹਨਾਂ ਦੀ ਵਜ੍ਹਾ ਤੋਂ ਬੱਚੇ ਨੇ ਗਗੜਾ ਉੱਤੇ ਸਟੀਆਂ ਤਾਂ ਜਾਂ ਕੋਈ ਸ਼ੈ ਵੱਜ ਗਈ। ਅਤੇ ਕੰਮ ਕਰਦੀ ਪਈ ਪਲੇਟ? ਕੰਮ ਕਰਦੀ ਪਈ, ਠੀਕ ਹੋ ਗਿਆ। ਅਤੇ ਕਿਸਾਨ ਵੀਰ ਬਰੋ, ਹੁਣ ਜਿਹੜਾ ਪਲੇਟਾਂ ਹੈਗੀਆਂ ਨੇ 22,000-21,000 ਦੀ ਆਉਂਦੀ ਪਈ ਪਲੇਟ, ਉਸ ਵੇਲੇ ਹੈਗੀ ਸੀ 40-45,000 ਦੀ। ਹੁਣ ਅਗਰ ਤੁਸੀਂ ਐਡਾ ਵੱਡਾ ਸੈਟਅਪ ਲਗਵਾਉਂਦੇ ਹੋ ਅਤੇ ਖਰਚਾ ਆਵੇਗਾ ਜਨਾਬ ਤਕਰੀਬਨ ਇਹ 14 ਲੱਖ ਰੁਪਈਆ ਇਹਨਾਂ ਦਾ ਲੱਗਿਆ, ਤਾਂ ਹੁਣ ਤੁਹਾਨੂੰ ਐਡਾ ਜਿਹੜਾ ਸੈਟਅਪ ਹੈ ਇਹ ਇਨਸ਼ਾਅੱਲਾ 10-11 ਲੱਖ 'ਚ ਲੱਗ ਗਿਆ ਸੀ। ਅਤੇ ਜਿੰਨੇ ਵੀ ਦੋਸਤ ਹਾਲੀ ਤੱਕ ਇਸ ਸਾਈਡ 'ਤੇ ਸ਼ਿਫਟ ਨਹੀਂ ਹੋਏ ਉਹਨਾਂ ਨੂੰ ਹੋ ਜਾਣਾ ਚਾਹੀਦਾ ਹੈ। ਜਿਸ ਤਰੀਕੇ ਭਾਈ ਯਾਸੀਨ ਜਿਹੜਾ ਹੈ ਇਹ ਪਾਣੀ ਲਾਈ ਖੜਾ ਮਾਸ਼ਾਅੱਲਾ ਦਾਈਆਂ ਨੂੰ, ਦਾਈ ਜਨਾਬ ਆਹ ਸਾਹਮਣੇ ਚੈੱਕ ਕਰ ਲਓ ਚਮਕਦੇ ਪਏ ਹੈਗੇ ਨੇ।
ਅਗਰ ਪਾਣੀ ਨਾ ਆਉਂਦਾ ਤਾਂ ਫਿਰ ਇਹਨਾਂ ਕੀ ਵਿਚਾਰਿਆਂ ਚਮਕਣਾ ਸੀ, ਫਿਰ ਇਹਨਾਂ ਤਿਲੀ ਲਾਉਣੀ ਸੀ, ਅਤੇ ਹੁਣ ਇਹਨਾਂ ਪਾਣੀ ਦੀ ਵਜ੍ਹਾ ਨਾਲ ਇਹ ਲਾਈ ਖੜ੍ਹੇ ਨੇ ਦੂਸਰਾ ਮੁੰਜੀ। ਅਤੇ ਇੱਕ ਹੋਰ ਹੈ ਦੋਸਤੋ, ਰਾਤੀ ਵੀ ਇਹਨਾਂ ਨੂੰ ਵਕਤ ਕਰਨ ਦਾ ਲੋੜ ਕੋਈ ਨਹੀਂ, ਵੀ ਸੁਬਹਾ ਸੂਰਜ ਉੱਭਰਨਾ ਹੈ, ਇਹਨਾਂ ਜਿਹਨਾਂ ਵੀ ਇਹਨੂੰ ਚਲਾ ਦੇਣਾ ਹੈ, ਸੂਰਜ ਗਰੂਬ ਹੋਣਾ ਹੈ, ਅਤੇ ਇਹਨਾਂ ਇਹਨੂੰ ਬੰਦ ਕਰ ਦੇਣਾ, ਆਰਾਮ ਨਾਲ ਰਾਤੀ ਸੌ ਦੇ ਗੁਜ਼ਾਰਨੀ ਹੈ। ਇਹ ਨਹੀਂ ਹੈਗਾ ਵੀ ਰਾਤੀ ਜਿਹਨਾਂ ਬੰਨੇ 'ਤੇ ਟੁਰੇ ਫਿਰਸਣ ਦੇ ਪਾਣੀ ਲਾਈ ਫਿਰਨੇ ਹੈ, ਅਤੇ ਮਤਲਬ ਵੀ ਸੋਲਰ ਦਾ ਫਾਇਦਾ ਹੀ ਫਾਇਦਾ ਹੈ। ਤਾਂ ਹੁਣ ਮੈਨੂੰ ਤਾਂ ਇਜਾਜ਼ਤ, ਅਤੇ ਯਾਸੀਨ ਬਾਈ ਦਾ ਸ਼ੁਕਰੀਆ, ਅਤੇ ਜਿੰਨੇ ਵੀ ਸਾਨੂੰ ਵੇਖਣ ਵਾਲੇ ਦੋਸਤ ਹੈਗੇ ਨੇ ਉਹਨਾਂ ਸਾਰਿਆਂ ਦਾ ਸ਼ੁਕਰੀਆ। ਅਤੇ ਇੱਕ ਵਾਰੀ ਫਿਰ ਮੈਂ ਆਪਣੇ ਦੋਸਤਾਂ ਨੂੰ ਕਹਿੰਦਾ ਚੱਲਾਂ ਵੀ ਸੋਲਰ 'ਤੇ ਸ਼ਿਫਟ ਹੋ ਜਾਓ, ਤੁਹਾਨੂੰ ਫਾਇਦਾ ਹੋਵੇਗਾ। ਅਤੇ ਮੈਨੂੰ ਤਾਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।